ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਦਲਜੀਤ ਕਲਸੀ ਨੇ ਵੀ ਹੁਣ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ ਅਤੇ NSA ਨੂੰ ਵਧਾਉਣ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਦਲਜੀਤ ਕਲਸੀ ਦੇ ਵੱਲੋਂ ਵਕੀਲ ਪੇਸ਼ ਹੋਏ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੁਬਾਰਾ ਤੋਂ ਦਲਜੀਤ ਕਲਸੀ 'ਤੇ NSA ਲਾਉਣਾ ਬਿਲਕੁਲ ਗਲਤ ਹੈ। ਦਲਜੀਤ ਕਲਸੀ ਦਾ ਅਜਨਾਲਾ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਸ ਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ। ਦੱਸਦੀਏ ਕਿ ਦਲਜੀਤ ਕਲਸੀ ਦੀ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ 3 ਹਫ਼ਤਿਆਂ ਦੇ ਵਿੱਚ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਤਾਂ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਦਲਜੀਤ ਸਿੰਘ ਕਲਸੀ ਦੇ ਵੱਲੋਂ ਵੀ ਨਵੇਂ ਸਿਰੇ ਤੋਂ ਲਾਏ NSA ਨੂੰ ਚੁਣੌਤੀ ਦਿੱਤੀ ਗਈ ਹੈ। ਉਹਨਾਂ ਕਿਹਾ ਹੈ ਕਿ ਇਹ ਆਦੇਸ਼ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ ਅਤੇ ਇਹਨਾਂ ਆਦੇਸ਼ਾਂ ਨੂੰ ਰੱਦ ਕੀਤਾ ਜਾਵੇ, ਭਾਵ ਕਿ ਉਸ 'ਤੇ ਜੋ ਦੂਜੀ ਵਾਰ NSA ਲਾਇਆ ਹੈ ਉਸ ਨੂੰ ਰੱਦ ਕੀਤਾ ਜਾਵੇ। ਦਲਜੀਤ ਕਲਸੀ ਦਾ ਕਹਿਣਾ ਹੈ ਕਿ ਉਹ ਫਿਲਮੀ ਕਲਾਕਾਰ ਹੈ, ਨਿਰਦੇਸ਼ਕ ਹੈ, ਉਸ ਦਾ ਨਾ ਤਾਂ ਅਜਨਾਲਾ ਕੇਸ ਦੇ ਨਾਲ ਕੋਈ ਸੰਬੰਧ ਹੈ ਨਾ ਹੀ ਉਸ ਦਾ ਕਿਸੇ ਹੋਰ ਕੇਸ ਦੇ ਨਾਲ, ਅਤੇ ਉਸ ਨੂੰ ਜਾਣਬੁੱਝ ਕੇਸ ਦੇ ਵਿੱਚ ਫਸਾਇਆ ਗਿਆ ਹੈ। ਦਲਜੀਤ ਕਲਸੀ ਦੀ ਪਟੀਸ਼ਨ 'ਤੇ ਪੰਜਾਬ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ। ਦੱਸਦੀਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਦਲਜੀਤ ਸਿੰਘ ਕਲਸੀ। ਹਾਲਾਂਕਿ ਉਹ ਫਿਲਮੀ ਕਲਾਕਾਰ ਹੈ ਅਤੇ ਪਿਛਲੇ ਸਮੇਂ ਦੇ ਵਿੱਚ ਦੀਪ ਸਿੱਧੂ ਦੇ ਨਾਲ ਵੀ ਰਿਹਾ ਅਤੇ ਉਸ ਦੌਰਾਨ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, NSA ਲਾਇਆ ਗਿਆ ਤਾਂ ਦਲਜੀਤ ਕਲਸੀ 'ਤੇ ਵੀ NSA ਲਾਇਆ ਗਿਆ ਸੀ ਅਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਅਤੇ ਹੁਣ ਦੁਬਾਰਾ ਤੋਂ NSA ਐਕਸਟੈਂਡ ਕੀਤਾ ਗਿਆ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਲਜੀਤ ਕਲਸੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਦਲਜੀਤ ਕਲਸੀ ਦਾ ਕਿਸੇ ਮਾਮਲੇ ਦੇ ਵਿੱਚ ਕੋਈ ਰੋਲ ਨਹੀਂ ਹੈ ਅਤੇ ਕਦੇ ਵੀ ਦੇਸ਼ ਦੀ ਸੁਰੱਖਿਆ ਲਈ ਉਹ ਖਤਰਾ ਨਹੀਂ ਹੈ, ਨਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ, ਨਾ ਹੀ ਸ਼ਾਂਤੀ ਭੰਗ ਕਰਨ ਵਾਲੀ ਗੱਲ ਦਲਜੀਤ ਕਲਸੀ ਦੇ ਵੱਲੋਂ ਕੀਤੀ ਗਈ ਹੈ ਅਤੇ ਉਸ 'ਤੇ ਨਿਰਾਧਾਰ ਬੇਬੁਨਿਆਦ ਇਲਜ਼ਾਮ ਲਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਗਲਤ ਢੰਗ ਦੇ ਨਾਲ NSA ਉਸ 'ਤੇ ਵਧਾਇਆ ਜਾ ਰਿਹਾ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇਸ ਮਾਮਲੇ 'ਤੇ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਅਤੇ 3 ਹਫ਼ਤਿਆਂ ਦੇ ਵਿੱਚ ਇਸ ਮਾਮਲੇ 'ਚ ਜਵਾਬ ਦਾਇਰ ਕਰਨ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਵੇਗੀ। ਦੱਸਦੀਏ ਕਿ ਕਰੀਬ 1.5 ਸਾਲ ਤੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਦਲਜੀਤ ਸਿੰਘ ਕਲਸੀ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਜਿਹੜਾ ਡਿਟੈਂਸ਼ਨ ਆਰਡਰ ਜਿਹੜਾ ਐਕਸਟੈਂਡ ਕੀਤਾ ਗਿਆ ਉਹਦਾ ਮੇਨ ਬੇਸਿਕ ਇਹ ਹੈਗਾ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਹੈ ਉਹਨੂੰ ਹਾਰਮੋਨੀ ਨੂੰ ਖਤਰਾ ਹੈਗਾ, ਇਸ ਗੱਲ ਕਰਕੇ ਅਸੀਂ ਇਹਨਾਂ ਨੂੰ ਡਿਟੇਨ ਜਿਹੜਾ ਹੈ ਉਹ ਕੰਟੀਨਿਊ ਇਹਨਾਂ ਨੂੰ ਰੱਖ ਰਹੇ ਹਾਂ ਅਤੇ ਅਸੀਂ ਕੋਰਟ ਦੇ ਅੱਗੇ ਇਹ ਗੱਲ ਜਿਹੜੀ ਚੱਕੀ ਕਿ ਜਿਹੜਾ ਡਿਟੈਂਸ਼ਨ ਆਰਡਰ ਇਹ ਤੁਸੀਂ 1 ਸਾਲ ਵਾਸਤੇ ਪਾਸ ਨਹੀਂ ਕਰ ਸਕਦੇ, ਇਹਨੂੰ 3-3 ਮਹੀਨੇ ਦੇ ਹਿਸਾਬ ਨਾਲ ਐਕਸਟੈਂਡ ਕਰਨਾ ਹੁੰਦਾ। ਉਸ ਹਿਸਾਬ ਦੇ ਨਾਲ ਵੀ ਜਿਹੜਾ ਇਸ ਆਰਡਰ NSA ਵਾਲਾ ਜਿਹੜਾ ਡਿਬਰੂਗੜ੍ਹ ਬੈਠੇ ਨੇ ਉਹਨਾਂ ਦਾ ਆਰਡਰ ਐਕਸਪਾਇਰ ਹੋਏ ਨੂੰ ਵੀ 2 ਮਹੀਨੇ ਤੋਂ ਉੱਤੇ ਦਾ ਵਕਤ ਹੋ ਗਿਆ ਔਰ ਜਿਹੜੇ ਉਹਨਾਂ ਦੇ ਗਰਾਊਂਡ ਨੇ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ, ਪੰਜਾਬ ਸਰਕਾਰ ਨੇ ਯੂਨੀਅਨ ਆਫ ਇੰਡੀਆ ਦੇ ਵੱਲੋਂ ਵੀ ਰਿਪਲਾਈ ਜਿਹੜਾ ਫਾਈਲ ਹੋਣਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਬਾਹਰ ਬੈਠੇ ਪੋਸਟਾਂ ਕਰ ਰਹੇ ਨੇ ਜਾਂ ਸਿਮਰਜੀਤ ਮਾਨ ਨੇ ਜਾਂ ਕੋਈ ਹੋਰ ਬੰਦੇ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ, ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਬੰਦਿਆਂ ਨੂੰ ਜਿਹੜਾ ਡਿਟੇਨ ਕੰਟੀਨਿਊ ਕਰਨਾ ਇਹ ਬਿਲਕੁਲ ਇਲੀਗਲੀ ਹੈ। ਅਸੀਂ ਇਹਦੇ ਖਿਲਾਫ ਜਿਹੜੀ ਪਟੀਸ਼ਨ ਉਹ ਫਾਈਲ ਕੀਤੀ ਸੀ। ਜਿਹੜੇ ਉਹਨਾਂ ਨੇ ਐਵੀਡੈਂਸ ਲਗਾਏ ਨੇ ਉਹ ਬੜੇ ਬੇਸਲੈਸ ਐਵੀਡੈਂਸ ਨੇ, ਜਿਹਦੇ ਵਿੱਚ ਜਿਹੜੀ ਉਹਨਾਂ ਦੇ ਸੋਸ਼ਲ ਮੀਡੀਆ ਦੀਆਂ ਪਲੇਟਫਾਰਮ ਤੋਂ ਕੋਈ ਪੋਸਟ ਨੇ
ਜਾਂ ਕੋਈ ਹੋਰ ਬੈਠੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਸਪੋਰਟ ਕਰ ਰਹੇ ਨੇ, ਉਹਨਾਂ ਦੀ ਜਿਹੜਾ ਮਤਲਬ ਪੋਸਟਾਂ ਨੇ ਉਹਨਾਂ ਨੂੰ ਗਰਾਊਂਡ ਬਣਾ ਕੇ ਕਿ ਪੀਸ ਆਫ ਹਾਰਮੋਨੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ, ਇਸ ਗੱਲ ਕਰਕੇ ਅਸੀਂ ਇਹਨਾਂ ਦੀ ਡਿਟੇਨ ਹੈ ਨਾ ਉਹ ਐਕਸਟੈਂਡ ਕਰ ਰਹੇ ਹਾਂ। ਹਾਈ ਕੋਰਟ ਨੇ ਉਸ ਗੱਲ ਨੂੰ ਬੜਾ ਤਰੀਕੇ ਨਾਲ ਦੇਖਿਆ, ਸਾਡੀ ਕਾਫੀ ਲੰਮੀ ਜ਼ੇਰਾ ਚੱਲੀ ਇਹਦੇ ਉੱਤੇ, ਅਸੀਂ ਉਹਨਾਂ ਨੂੰ ਇੱਕ ਇੱਕ ਡਾਕੂਮੈਂਟਸ ਜਿਹੜਾ ਸਰਕਾਰ ਨੇ ਐਕਸਟੈਂਸ਼ਨ ਦੇ ਗਰਾਊਂਡ ਨੇ ਉਹ ਅਸੀਂ ਉਹਨਾਂ ਨੂੰ ਪੜਾਇਆ, ਉਹਦੇ ਵਿੱਚ ਅਸੀਂ ਦੱਸਿਆ ਕਿ ਇਹਨਾਂ ਦੇ ਵਿੱਚ ਕੋਈ ਵੀ ਇੱਦਾਂ ਦੀ ਸਮੱਗਰੀ ਨਹੀਂ ਹੈ ਜਿਹੜੀ ਇਤਰਾਜ਼ਯੋਗ ਹੋਵੇ ਜਿਹਦੇ ਕਰਕੇ ਜਿਹੜਾ ਐਕਸਟੈਂਡ ਇਹਨੂੰ ਕੀਤਾ ਜਾ ਸਕਦਾ, ਅਤੇ ਹਾਈ ਕੋਰਟ ਨੇ ਉਹਨਾਂ ਨੂੰ ਜਿਹੜਾ ਜਵਾਬ ਦਾਖਲ ਕਰਨ ਵਾਸਤੇ ਕਿਹਾ ਕਿ ਤੁਸੀਂ ਇਸ ਗੱਲ ਦੇ ਉੱਤੇ ਆਪਣਾ ਜਵਾਬ ਕਲੀਅਰ ਕਰੋ, ਔਰ ਉਹਨਾਂ ਨੇ ਪੰਜ ਹਫ਼ਤੇ ਦਾ ਟਾਈਮ ਮੰਗਿਆ ਸੀਗਾ। ਅਸੀਂ ਕੋਰਟ ਨੂੰ ਇਹ ਗੱਲ ਕਹੀ ਕਿ ਘੱਟ ਤੋਂ ਘੱਟ ਟਾਈਮ ਦਿੱਤਾ ਜਾਣਾ ਚਾਹੀਦਾ ਕਿਉਂਕਿ ਸਾਨੂੰ ਅੱਗੇ ਹੀ ਜਿਹੜਾ ਹੈ ਉਹ 1.5 ਸਾਲ ਦੇ ਕਰੀਬ ਉੱਥੇ ਹੋ ਗਿਆ, ਅਤੇ ਹਾਈ ਕੋਰਟ ਨੇ ਸਾਡੀ ਗੱਲ ਨੂੰ ਮੰਨਦੇ ਹੋਏ 3 ਹਫ਼ਤੇ ਦੇ ਅੰਦਰ ਅੰਦਰ ਯੂਨੀਅਨ ਆਫ ਇੰਡੀਆ ਨੂੰ ਔਰ ਸਟੇਟ ਆਫ ਪੰਜਾਬ ਨੂੰ ਜਵਾਬ ਦਾਖਲ ਕਰਨ ਵਾਸਤੇ ਕਿਹਾ ਜੀ। ਉਹ 18 ਸਤੰਬਰ ਦੀ ਡੇਟ ਹੈ ਜੀ।